ਸਵੇਰੇ ਤਕਰੀਬਨ 3 ਵਜੇ ਰੋਪੜ ਹੈੱਡ ਦੇ ਦਰਿਆ ਤੋਂ ਪਾਣੀ ਛੱਡਿਆ ਗਿਆ। ਜਿਹੜਾ ਇਹ ਪਾਣੀ ਹੈ ਸਾਡੇ ਸਤਲੁਜ ਦਰਿਆ ਦਾ ਰੋਪੜ ਦੇ ਨਾਲ ਨਾਲ ਜਿਹੜਾ ਛੱਡਿਆ ਗਿਆ ਦਰਿਆ ਦੇ ਵਿੱਚ, ਜਿਹੜੀਆਂ ਝੁੰਗੀਆਂ ਹੈ, ਝੁੰਗੀਆਂ ਦੇ ਵਿੱਚ ਜਿਹੜਾ ਮੁਸਲਿਮ ਭਾਈਚਾਰਾ ਰਹਿ ਰਿਹਾ ਹੈ, ਉਹਨਾਂ ਦਾ ਇਸ ਟਾਈਮ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਤਬਾਹੀ ਹੋ ਚੁੱਕੀ ਉਹਨਾਂ ਦਾ, ਜਿਹੜਾ ਜਿੰਨਾ ਕੁ ਵੀ ਉਹਨਾਂ ਦਾ ਜਿਹਨਾਂ ਦਾ ਸਮਾਨ ਸੀਗਾ ਸਾਰਾ ਹੜ ਚੁੱਕਿਆ। ਕੋਈ ਵਿਚਾਰੇ ਇੰਨੇ ਕੁ ਵਿਚਾਰੇ ਉਹ ਕਰਨ ਜੋਗੇ ਹੈ ਨਹੀਂ ਸੀਗੇ, ਗਰੀਬ ਬੰਦੇ ਸੀਗੇ, ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦਾ, ਡੀਸੀ ਸਾਹਿਬ ਨੂੰ ਵੀ ਇਹੀ ਅਪੀਲ ਕਰਦਾ ਵੀ ਇਹਨਾਂ ਦਾ ਆ ਕੇ ਵਿਚਾਰਿਆਂ ਦਾ ਹਾਲ ਚਾਲ ਇੱਥੇ ਪੁੱਛਿਆ ਜਾਵੇ, ਇਹਨਾਂ ਦੀ ਸਾਰ ਲਈ ਜਾਵੇ। ਛੋਟੇ ਛੋਟੇ ਬੱਚੇ ਆ ਵਿਚਾਰੇ, ਇਸ ਟਾਈਮ ਸੜਕ 'ਤੇ ਬੈਠੇ ਆ, ਰੋਟੀ ਖਾਣ 'ਤੇ ਵੀ ਬਾਏਚਾਰ ਹੋਏ ਵੇ ਵਿਚਾਰੇ ਇਹ। ਮੈਂ ਤਾਂ ਪ੍ਰਸ਼ਾਸਨ ਨੂੰ, ਐਸ ਡੀ ਐਮ ਸਾਹਿਬ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦਾ ਇੱਥੇ ਆ ਕੇ ਮੌਕਾ ਦੇਖਿਆ ਜਾਵੇ, ਇਹਨਾਂ ਦਾ ਹਾਲ ਚਾਲ ਪੁੱਛਿਆ ਜਾਵੇ ਅਤੇ ਇਹਨਾਂ ਨੂੰ ਰਾਸ਼ਨ ਪਾਣੀ ਦਵਾਇਆ ਜਾਵੇ ਅਤੇ ਇਹਨਾਂ ਦੀ ਮਦਦ ਪੂਰ ਜ਼ੋਰ ਕਰੀ ਜਾਵੇ। ਨਹੀਂ, ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਹੜੇ ਘੇਰ ਘੇਰ ਕੇ ਲੰਗਰ ਖਿਲਾਉਂਦੇ ਆ, ਪਾਣੀ ਪਿਲਾਉਂਦੇ ਆ, ਉਹ ਵੀ ਇਸ ਤਰ੍ਹਾਂ। ਮੈਂ ਆਪਣੇ ਰੋਪੜ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਇੱਥੇ ਸਮਾਜ ਸੇਵੀ ਸੰਸਥਾ ਹੈ, ਜਿੰਨੇ ਵੀ ਟਰੱਸਟ ਬਣੇ ਹੋਏ ਆ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਦੀ ਇੱਥੇ ਆ ਕੇ ਇਹਨਾਂ ਦੀ ਹੈਲਪ ਕਰੀ ਜਾਵੇ। ਇਹਨਾਂ ਨੂੰ ਇੱਥੇ ਆ ਕੇ ਜਿਵੇਂ ਆਪਾਂ PGI ਲੰਗਰ ਲਾਉਂਦੇ ਆ, ਹੋਰ ਆਪਾਂ ਲੰਗਰ ਲਾ ਰਹੇ ਆ, ਇੱਥੇ ਆ ਕੇ ਇਹਨਾਂ ਨਾਲ ਜ਼ਿਆਦਾ ਲੰਗਰ ਲਵਾਇਆ ਜਾਵੇ। ਇਹਨਾਂ ਨੂੰ ਖਾਣ ਨੂੰ ਇਸ ਟਾਈਮ ਇੱਥੇ ਵਿਚਾਰੇ ਛੋਟੇ ਛੋਟੇ ਬੱਚੇ ਆ, ਦੁੱਧ ਪਾਣੀ ਜੋ ਵੀ ਇਹਨਾਂ ਨੂੰ ਦਿਆ ਜਾਵੇ, ਰੋਟੀ ਪਾਣੀ ਇਹਨਾਂ ਤੱਕ ਪਹੁੰਚਾਇਆ ਜਾਵੇ। ਕੱਪੜਾ ਲੀੜਾ ਸਾਹਿਬ ਇਹਨਾਂ ਦਾ ਹੜ ਚੁੱਕਿਆ ਹੈ, ਸਮਾਨ ਤੁਸੀਂ ਦੇਖੋਗੇ ਪਾਣੀ ਦੇ ਵਿੱਚ ਇਹਨਾਂ ਦੀ ਝੁੰਗੀਆਂ ਦਾ ਬੁਰਾ ਹਾਲ ਆ, ਸਾਰੀਆਂ ਡੁੱਬ ਚੁੱਕੀਆਂ, ਸਭ ਕੁਛ ਇਹਨਾਂ ਦੀ ਤਬਾਹੀ ਹੋ ਚੁੱਕੀ। ਮੈਂ ਸਾਰੀਆਂ ਸੰਸਥਾਵਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹੈ ਵੀ ਇੱਥੇ ਆਓ, ਇਹਨਾਂ ਦਾ ਹਾਲ ਚਾਲ ਪੁੱਛੋ, ਇਹਨਾਂ ਨੂੰ ਖਾਣ ਨੂੰ ਸਮਾਨ, ਰੋਟੀ ਵਗੈਰਾ, ਚਾਹ ਵਗੈਰਾ ਜੋ ਵੀ ਹੈ, ਸਭ ਨੂੰ ਇੱਥੇ ਆ ਕੇ ਇਹਨਾਂ ਨੂੰ ਵਿਚਾਰਿਆਂ ਨੇ ਇਹਨਾਂ ਨੂੰ ਪ੍ਰੋਵਾਈਡ ਕਰਾਓ। ਟਿੱਬੀ ਸਾਹਿਬ ਵਾਲੇ ਸੰਸਥਾ ਨੂੰ ਵੀ ਮੈਂ ਇਹੀ ਅਪੀਲ ਕਰਦਾ ਵੀ ਇਹਨਾਂ ਨੂੰ ਇੱਥੇ ਆ ਕੇ ਲੰਗਰ ਪ੍ਰੋਵਾਈਡ ਕਰਾਇਆ ਜਾਵੇ ਅਤੇ ਇਹਨਾਂ ਨੂੰ ਹੋਰ ਮਾੜਾ ਮੋਟਾ ਕੱਪੜਾ, ਜਿਹੜੇ ਵੀ ਆਪਣੇ ਰੋਪੜ ਸ਼ਹਿਰ ਦੇ ਵਿੱਚ ਨੇੜੇ ਤੇੜੇ ਹੁਣ ਲਾਈਵ ਦੇਖ ਰਹੇ ਆ, ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹਨਾਂ ਦੀ ਆ ਕੇ ਮਦਦ ਕਰੀ ਜਾਵੇ, ਚਾਹੇ ਉਹ ਕੱਪੜੇ ਪਾਸੋਂ ਕਰੀ ਜਾਵੇ, ਚਾਹੇ ਖਾਣ। ਇੱਕ ਲੜਕੀ ਦੀ ਸ਼ਾਦੀ ਵੀ ਦੱਸੀ ਜਾ ਰਹੀ ਸੀ ਇੱਥੇ ਰਾਤ ਦੀ। ਹਾਂ, ਇੱਕ ਲੜਕੀ ਦੀ ਰਾਤ ਸ਼ਾਦੀ ਸੀਗੀ, ਅੱਜ ਉਹਦੀ ਬਰਾਤ ਆਉਣੀ ਸੀਗੀ, ਤਕਰੀਬਨ ਉਹਨਾਂ ਨਾਲ ਵਿਚਾਰਿਆਂ ਨਾਲ ਸਾਰੀ ਤਿਆਰੀ ਕਰੀ ਹੋਈ ਸੀਗੀ ਸਮਾਨ ਸਮੂਨ ਦੀ, ਉਹ ਵੀ ਪਾਣੀ ਦੇ ਵਿੱਚ ਸਾਰਾ ਹੜ ਚੁੱਕਿਆ ਇਸ ਟਾਈਮ। ਜੋ ਵੀ ਇਹਨਾਂ ਨਾਲ ਵਿਚਾਰਿਆਂ ਨਾਲ ਆਪਣੀ ਬੇਟੀ ਵਾਸਤੇ ਮਾੜਾ ਮੋਟਾ ਕੱਪੜਾ ਲੀੜਾ ਗਹਿਣਾ ਇਕੱਠਾ ਕਰਿਆ ਸੀਗਾ, ਸਾਰਾ ਉਹ ਹੜ ਚੁੱਕਿਆ ਇਸ ਟਾਈਮ। ਮੈਂ ਪ੍ਰਸ਼ਾਸਨ ਨੂੰ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਪ੍ਰਸ਼ਾਸਨ ਇਹਨਾਂ ਦੀ ਜਲਦੀ ਤੋਂ ਜਲਦੀ ਆ ਕੇ ਇਹਨਾਂ ਦੀ ਸਾਰ ਲਵੇ। ਕਿਆ ਹੁਆ? ਤਿੰਨ ਵਜੇ ਸਮਾਨ ਉਮਾਨ ਖਾਣੇ ਪੀਣੇ ਵਾਲੇ ਸਭ ਬਰਤਨ ਨਿਕਲ ਗਿਆ, ਉੱਡ ਗਿਆ, ਕਨਕ ਕੁਨਕ ਸਭ ਪਾਣੀ ਮੇਂ ਰਿਲ ਗਿਆ। ਅਭੀ ਤੱਕ ਆਪਕਾ ਕੋਈ ਪੁੱਛਣੇ ਕੇ ਲਿਏ ਆਇਆ? ਕੋਈ ਦਿਖਾਈ ਨਹੀਂ, ਪੁੱਛਣੇ ਕੇ ਲਿਏ ਆਇਆ ਸਰ। ਇੱਕ ਸਾਦੀ ਹੈ ਯਹਾਂ ਪਰ ਕਹੀਂ ਪਤਾ ਕਿ ਹਾਂ ਜੀ ਆ ਕੇ ਸਾਦੀ ਹੈ ਆ ਕੇ। 3 ਵਜੇ ਪਾਣੀ ਆਇਆ ਜੀ, ਪੂਰਾ ਰਾਤ ਤੋਂ ਮੈਂ ਹਮ ਲੋਕ ਬੈਠਾ ਰਹੇ, ਪਾਣੀ ਨਹੀਂ ਆਇਆ। ਸਵੇਰੇ 3 ਵਜੇ ਪਾਣੀ ਆਇਆ। ਤੇ ਪਬਲਿਕ ਆਪਕੇ ਬੱਚੇ ਵਗੈਰਾ ਸਭ ਸੇਫ ਹੈ ਨਾ? ਕਿ ਕਬਾੜ ਕਾ ਸਮਾਨ ਆਪਕਾ ਹੈ? ਜੀ ਹਾਂ, ਐਲਾਨ ਕਰਤੇ ਥੇ ਹਮਾਰੇ ਜਿਤਨੇ ਮੁਸਲਮਾਨ ਭਾਈ ਥੇ ਸਾਰੇ ਸਾਮਾਨ ਰਾਤ ਨੂੰ ਨਿਕਾਲ ਦੇਤੇ ਥੇ। ਠੀਕ ਹੈ, ਜਬ ਮਾੜਾ ਮੋਟਾ ਪਾਣੀ ਨਹੀਂ ਆਉਂਦਾ ਤਾਂ ਪ੍ਰਸ਼ਾਸਨ ਆ ਜਾਂਦੀ ਸੀ ਕਿ ਬਈ ਜੁੰਗੀਆਂ ਖਾਲੀ ਕਰੋ, ਬਈ ਜੁੰਗੀਆਂ ਖਾਲੀ ਕਰਦੇ ਥੇ। ਅਭੀ ਕੋਈ ਵਾਰਨਿੰਗ ਨਹੀਂ ਦਿਆ ਸਾਹਿਬ? ਕੋਈ ਵਾਰਨਿੰਗ ਨਹੀਂ ਦਿਆ ਤਾਂ ਹਮਾਰੇ ਲਈ ਬਹੁਤ ਜ਼ਿਆਦਾ ਜੀ। ਪਾਣੀ ਆਇਆ ਰਾਤ ਨੂੰ, ਤੁਸੀਂ ਸਾਰਾ ਅਰੇਂਜਮੈਂਟ ਕਰ ਰੱਖਿਆ ਸੀਗਾ ਤੇ ਹੁਣ ਕੀ ਗੱਲਬਾਤ ਹੋਈ ਹੈ? ਪਾਣੀ ਨਹੀਂ ਹੁਣ ਤਾਂ, ਹੁਣ ਤੁਸੀਂ ਕਿਆ ਕਿਆ ਪ੍ਰੋਗਰਾਮ, ਕਿੰਨੇ ਟਾਈਮ ਆਇਆ, ਕਿਆ ਅਰੇਂਜਮੈਂਟ? 3 ਵਜੇ ਤੱਕ ਉਹ ਸ਼ੁਰੂ ਹੋਏ ਆ। ਇਸ ਪਾਣੀ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਸਾਰਾ ਸਮਾਨ ਬਹੁਤ ਹੋਇਆ, ਪਰ ਲੇਕਿਨ ਤੁਹਾਨੂੰ ਹੈਲਪ ਕਿਸੇ ਨੇ ਕਰੀ ਹੈ, ਮਦਦ ਕਰੀ ਕਿਸੇ ਨੇ?
ਕੋਈ ਪਿੰਡ ਦਾ ਬੰਦਾ ਜਾਂ ਕੋਈ ਹੋਰ ਕੋਈ ਪ੍ਰਸ਼ਾਸਨ ਦਾ ਬੰਦਾ? ਕੋਈ ਪਿੰਡ ਵਾਲੇ ਬੰਦੇ ਆਏ ਦੇਖ ਕੇ ਆਪਣੇ ਲੰਘ ਗਏ। ਅੱਛਾ, ਮਦਦ ਕਿਸੇ ਨੇ ਨਹੀਂ ਕਰੀ? ਹੈਲਪ ਨਹੀਂ ਕੀਤੀ ਇੱਥੇ, ਕਿਸੇ ਦੀ ਨਹੀਂ ਕੀਤੀ ਹੈਲਪ। ਫਿਰ ਹੁਣ ਕਿੱਥੇ ਕਰ ਰਿਹਾ ਸ਼ਾਦੀ? ਲੱਗੀਆਂ ਹੋਈਆਂ ਪਰ ਪਾਣੀ ਨੇ ਜਿਹੜਾ ਸਾਰਾ ਕੁਛ ਸਾਰੇ ਕੰਮ ਦਾ ਤਮਾਮ ਜਿਹੜਾ ਖਤਮ ਕਰ ਦਿੱਤਾ ਹੈ। ਇਹ ਰੋਪੜ ਦੇ ਨਾਲ ਲੱਗਦੇ ਜਿਹਦੇ ਝੁੰਗੀਆਂ ਹੈਗੀਆਂ ਨੇ ਬਿਲਕੁਲ। ਜਿਹੜੀ ਲੜਕੀ ਹੈ ਵਿਆਹ ਲਈ ਉਹ ਕਿੱਥੇ ਹੈ? ਉੱਧਰ ਗਏ ਸਾਰੇ ਪੈਲਸ ਮੇ ਗਏ ਸਾਰਾ ਸਮਾਨ ਵੀ ਨਿਕਾਲਨੇ ਕਾ ਮੌਕਾ ਨਹੀਂ ਮਿਲਾ ਬਿਲਕੁਲ। ਸਭ ਸਮਾਨ ਖਰਾਬ ਹੋ ਗਿਆ? ਇਧਰ ਆ ਕੇ ਬੋਲੋ ਜਰਾ, ਇਧਰ ਸਾਹਮਣੇ ਆਓ। ਸਾਰੇ ਸਮਾਨ ਖਰਾਬ ਹੋ ਗਿਆ ਜੀ। ਸਾਡੀ ਜੀਰੀ ਸਾਡੀ ਕਹਿਣਾ ਸਮਾਨ ਸਾਰਾ ਹਾਲ ਮੈਂ ਚਲਾ ਗਿਆ ਨਾਲ, ਜੋ ਅਸੀਂ ਸਾਨੂੰ ਨਿਕਾਲ ਹੋਇਆ ਨਿਕਾਲ ਲਿਆ, ਜੀਰੀ ਸਾਡੀ ਚਲੀ ਗਈ। ਸਾਰਾ ਪਾਣੀ ਬਾਰਿਸ਼ ਤੋਂ ਕੱਲ ਕੀ ਪੜ ਰਹੀ ਆ? ਪਾਣੀ ਕਬ ਆਇਆ? ਪਾਣੀ ਆਇਆ ਲਗਭਗ 3 ਵਜੇ ਪਾਣੀ ਆਇਆ ਜੀ ਰਾਤ ਕੋ। ਹਾਂਜੀ, ਅਸੀਂ ਸੋਤੇ ਪੈ ਗਏ, ਸਾਨੂੰ ਸਾਡੀ ਅੱਖ ਲੱਗੀ, ਜਦ ਮੰਜੇ ਤੇ ਸਾਡੇ ਪਾਣੀ ਲੱਗਿਆ ਸਾਡੀ ਅੱਖ ਜਦ ਖੁੱਲੀ ਜੀ ਜੀ ਜੀ। ਪਾਣੀ ਕੋਈ ਸਮਾਨ ਚੱਕਣੇ ਦਾ ਮੌਕਾ ਮਿਲਿਆ ਕਿ ਨਹੀਂ? ਸਮਾਨ ਸਮਾਨ ਸੀ ਮੋਟਾ ਮੋਟਾ ਜਿਹੜਾ ਹੱਥ ਪੈ ਗਿਆ ਜੀ, ਬਸ ਸਾਡਾ ਮਾਲਕ ਚੰਗਾ ਆਏਗਾ ਜਿਹੜਾ ਜੀ, ਅਸੀਂ ਸਾਨੂੰ ਟਰਾਲੀ ਟਰੂਲੀ ਲਿਆ ਕੇ ਖੜੀ ਕਰਤੀ ਜੀ ਉਹਨਾਂ ਨੇ। ਇਹ ਮਾਲਕ ਨੇ ਲਿਆਂਦੀ ਟਰਾਲੀ? ਹਾਂਜੀ, ਕਹਿੰਦੇ ਬਈ ਜੋ ਕਿ ਆਪਣਾ ਸਮਾਨ ਸਮੂਨ ਵਿੱਚੋਂ ਰੱਖ ਲਓ ਤੇ ਉਹ ਆਪਣੇ ਆਰਾਮ ਨਾਲ। ਪਰ ਕੋਈ ਬਚਾਓ ਕਰਿਆ ਤੇ ਕੋਈ ਹੋਰ ਨਹੀਂ ਗਵਾਇਆ ਕਿ? ਨਹੀਂ ਜੀ, ਹੋਰ ਕੋਈ ਨਹੀਂ, ਆਪਣੇ ਘਰ ਦੇ ਸੀਗੇ ਜਿਹੜੇ ਡਰਾਈਵਰ ਸੀਗੇ ਨਾ ਦੇ ਮਾਲਕ ਦੇ, ਉਹ ਡਰਾਈਵਰ ਛੱਡੇ ਵੀ ਸਾਡੇ ਕੋਲ ਆ ਕੇ 2-3 ਬੰਦੇ ਸਾਡੇ ਕੋਲ ਉਹਨਾਂ ਨੇ ਕਹਿੰਦੇ ਬਈ ਆਪਣਾ ਸਮਾਨ ਸਮੂਨ ਕੱਢੋ ਜੀ, ਉਹਨਾਂ ਦਾ ਬਸ ਦਾ ਸਮਾਨ ਵੀ ਹਿੱਲ ਗਿਆ। ਨਹੀਂ, ਜਦੋਂ ਪਾਣੀ ਦੇ ਗੇਟ ਖੋਲੇ ਗਏ ਆ ਤਾਂ ਉਹ ਪ੍ਰਸ਼ਾਸਨ ਵਾਲੇ ਬੰਦੇ ਤੁਹਾਨੂੰ ਕਹਿਣ ਨਹੀਂ ਆਏ ਕੋਈ ਨਹੀਂ? ਪ੍ਰਸ਼ਾਸਨ ਬਚਾਣ ਕੁਛ ਨਹੀਂ ਗਾੜੀ ਰੋਜ਼ ਲੈ ਕੇ ਚੱਲਿਆ।